ਸੂਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਸਤਿਗੁਰੂ ਇਹੋ ਫਰਮਾਉਂਦੇ ਹਨ ਹੇ ਭਾਈ ਮੇਰਾ ਪਿਆਰਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਜਿਵੇਂ ਜਲ ਤੋਂ ਲਹਿਰ ਉੱਠਦੀ ਹੈ ਇਉਂ ਆਪਣੇ ਆਪ ਤੋਂ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਪਰ ਸੂਰਜ ਚੰਦ ਚਾਨਣ ਉਸ ਦਿਨ ਸੂਰਜ ਪੈਦਾ ਕੀਤਾ ਹੈ ਉਸ ਦਿਨ ਚੰਦਰਮਾ ਪੈਦਾ ਕੀਤਾ ਹੈ ਚਾਨਣ ਰੋਸ਼ਨੀ ਕਰਨ ਵਾਲੇ ਬਣਾਏ ਹਨ ਚਾਨਣ ਕਰਨ ਵਾਲੇ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਹੀ ਨਿਰਵਲਾ ਨੂੰ ਜਿਨ੍ਹਾਂ ਚ ਕੋਈ ਤਾਕਤ ਨੀ ਜਿਵੇਂ ਇੰਦਰ ਦੁਖੀ ਹੋ ਕੇ ਮਹਾਰਾਜ ਦੀ ਸ਼ਰਨ ਲੈਂਦਾ ਰਿਹਾ ਤੇ ਉਹਦੀ ਰੱਖਿਆ ਕਰਦੇ ਰਹੇ ਹੈ ਨਿਤਾਣਿਆਂ ਦਾ ਨਿਵਲਿਆਂ ਦਾ ਬਲ ਰੂਪ ਵੀ ਆਪ ਹੈ ਮੇਰਾ ਪਿਆਰਾ ਵਾਹਿਗੁਰੂ ਆਪ ਨਿਮਾਣਿਆ ਮਾਣ ਜਿਨ੍ਹਾਂ ਨੂੰ ਕੋਈ ਦੁਨੀਆਂ ਚ ਮਾਣ ਨੀ ਦਿੰਦਾ ਉਹ ਮਾਣ ਤੋਂ ਰਹਿਤ ਪੁਰਖਾਂ ਦਾ ਮਾਣ ਸਤਿਕਾਰ ਕਰਨ ਵਾਲਾ ਵੀ ਆਪ ਹੀ ਹੈ ਵਾਹਿਗੁਰੂ ਆਪ ਦਇਆ ਕਰ ਰੱਖਦਾ ਪਿਆਰ ਇਸੇ ਪ੍ਰਕਾਰ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਆਪ ਹੀ ਭਾਈ ਸ੍ਰਿਸ਼ਟੀ ਦੇ ਅੰਦਰ ਸ੍ਰੇਸ਼ਟ ਗੁਣ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਪੈਦਾ ਕਰਦਾ ਮੇਰਾ ਪਿਆਰਾ ਸਤਿਗੁਰੂ ਰੂਪ ਧਾਰ ਕੇ ਪਰ ਸੂਰਜ ਚੰਦ ਚਾਨਣ ਆਪ ਹੀ ਮਹਾਰਾਜ ਸਾਹਿਬ ਵਿਵੇਕ ਰੂਪੀ ਸੂਰਜ ਪੈਦਾ ਕਰਦਾ ਹੈ ਆਪ ਹੀ ਵਿਰਾਗ ਰੂਪੀ ਚੰਦਰਮਾ ਪੈਦਾ ਕਰਦਾ ਹੈ ਆਪ ਹੀ ਵਿਰਾਗ ਵਿਵੇਕ ਦੇ ਪ੍ਰਕਾਸ਼ ਜਿਹੜਾ ਕਰਨਾ ਚਾਨਣਾ ਕਰਦਾ ਹੈ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਜਿਨ੍ਹਾਂ ਦੇ ਅੰਦਰ ਵਿਵੇਕ ਰੂਪੀ ਬਲ ਨੀ ਨਿਰਵਲ ਪੁਰਖਾਂ ਨੇ ਉਹਨਾਂ ਨੂੰ ਵਿਵੇਕ ਰੂਪੀ ਤਾਣ ਬਲ ਦੇਣ ਵਾਲਾ ਮੇਰਾ ਪਿਆਰਾ ਵਾਹਿਗੁਰੂ ਹੈ ਆਪ ਨਿਮਾਣਿਆ ਮਾਣ ਜਿਨ੍ਹਾਂ ਦਾ ਦੁਨੀਆਂ ਚ ਕੋਈ ਸਤਿਕਾਰ ਨੀ ਕਰਦਾ ਜਿਹੜੇ ਦੁਨੀਆਂ ਦੇ ਮਾਣ ਹੁੰਦੇ ਆ ਫੇਰ ਵੀ ਮਾਣ ਤੋਂ ਰਹਿਤ ਹੈ ਉਹਨਾਂ ਨੂੰ ਮਾਰਿਆ ਆਪਦੇ ਸਰੂਪ ਦਾ ਆਨੰਦ ਰੂਪੀ ਮਾਣ ਦੇਣ ਵਾਲਾ ਹੈ ਆਪ ਦਇਆ ਕਰ ਰੱਖਦਾ ਪਿਆਰਾ ਮੇਰਾ ਪਿਆਰਾ ਵਾਹਿਗੁਰੂ ਆਪ ਹੀ ਦਇਆ ਦ੍ਰਿਸ਼ਟੀ ਕਰਕੇ ਰੱਖਿਆ ਕਰਦਾ ਹੈ ਆਪੇ ਸੁਗੜ ਸੁਜਾਣ ਆਪ ਹੀ ਸ੍ਰੇਸ਼ਟ ਘਾੜਤਾ ਨੂੰ ਕਰਨ ਵਾਲਾ ਹੈ ਆਪ ਹੀ ਸੁਜਾਣ ਅੰਤਰਯਾਮੀ ਹੈ ਆਪ ਹੀ ਸੁਗੜ ਘਟਾ ਘਟਾ ਦੀ ਜਾਣਨ ਵਾਲਾ ਹੈ ਆਪ ਹੀ ਸੋ ਗਿਆਨ ਸਰੂਪ ਹੈ ਮੇਰੇ ਮਨ ਜਪ ਰਾਮ ਨਾਮ ਨੀਸਾ ਆਪਣੇ ਮਨ ਨੂੰ ਸਿੱਖਿਆ ਦੇਈਏ ਹੇ ਮੇਰੇ ਪਿਆਰੇ ਮਨ ਰਾਮ ਦਾ ਨਾਮ ਜਪ ਜੇ ਤੇਰੇ ਮੱਥੇ ਤੇ ਨਿਸ਼ਾਨ ਲੇਖ ਲਿਖੇ ਹੋਏ ਹਨ ਜੇ ਮਹਾਰਾਜ ਦਾ ਨਾਮ ਜਪੇਗਾ ਤੇ ਨਿਸ਼ਾਨ ਪ੍ਰਗਟ ਹੋ ਜਾਵੇਗਾ ਉਹ ਪਰਮੇਸ਼ਵਰ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਇਹ ਭਾਈ ਮਹਾਰਾਜ ਦੀ ਸਤਸੰਗਤ ਨਾਲ ਮਿਲ ਕੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਤੁੰਗ ਪਾਦਾ ਲੱਖ ਅਰ ਤਦ ਪਾਦਾ ਲੱਖ ਅਰਥ ਉਸ ਨੂੰ ਧਿਆਉਣਾ ਕਰ ਨਾ ਆਵਣ ਜਾਣ ਫਿਰ ਮੁੜ ਕਰਕੇ ਜਨਮ ਧਾਰ ਕੇ ਨਹੀਂ ਆਵੇਗਾ ਸੰਸਾਰ ਚ ਤੇ ਨਾ ਮਰ ਕੇ ਜਾਣਾ ਪਵੇਗਾ ਕਾਲ ਦੇ ਮੂੰਹ ਵਿੱਚ ਮੁਕਤ ਹੋ ਜਾਏਗਾ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪ ਹੀ ਸੱਚੇ ਪਾਤਸ਼ਾਹ ਗੁਣਾਂ ਦੇ ਅੰਦਰ ਸਤ ਸੰਤੋਖ ਦਿਆ ਧਰਮ ਵਿਚਾਰ ਦੇ ਅੰਦਰ ਵਰਤ ਰਿਹਾ ਮੇਰਾ ਪਿਆਰਾ ਆਪੇ ਹੀ ਪਰਵਾਨ ਆਪ ਹੀ ਜਿਨ੍ਹਾਂ ਦੇ ਅੰਦਰ ਗੁਣ ਸਿੱਖ ਦੇ ਅੰਦਰ ਵਰਤਦੇ ਹੈ ਉਹਨਾਂ ਨੂੰ ਪ੍ਰਵਾਨ ਕਰਨ ਵਾਲਾ ਵੀ ਆਪ ਹੀ ਹੈ ਅਕਾਲ ਪੁਰਖ ਆਪੇ ਬਖਸ਼ ਕਰਾਏ ਦਾ ਪਿਆਰਾ ਆਪ ਹੀ ਸਤਿਗੁਰਾਂ ਦੁਆਰਾ ਬ੍ਰਹਮ ਗਿਆਨ ਦੀ ਬਖਸ਼ੀ ਕਰਾਉਂਦਾ ਮੇਰਾ ਪਿਆਰਾ ਆਪੇ ਸੱਚ ਨੀਸਾਨ ਆਪ ਹੀ ਸੱਚਾ ਨਿਸ਼ਾਨ ਲੇਖ ਲਿਖਣ ਵਾਲਾ ਹੈ ਆਪ ਹੀ ਸੱਚਾ ਨਿਸ਼ਾਨ ਟੋਂਬੂ ਦੀ ਨਿਆਈ ਪਰਵਾਨੇ ਦੀ ਨਿਆਈ ਹੈ ਆਪ ਹੀ ਸੱਚਾ ਨਿਸ਼ਾਨ ਪ੍ਰਗਟ ਹੋਣ ਵਾਲਾ ਹੈ ਆਪੇ ਹੁਕਮ ਵਰਤਦਾ ਪਿਆਰਾ ਆਪ ਹੀ ਹੁਕਮ ਵਿੱਚ ਵਰਤਣ ਵਾਲਾ ਮੇਰਾ ਪਿਆਰਾ ਹੈ ਸਿੱਖ ਬਣ ਕੇ ਆਪੇ ਹੀ ਫੁਰਮਾਨ ਆਪ ਹੀ ਗੁਰੂ ਸਰੂਪ ਹੋ ਕੇ ਫੁਰਮਾਨ ਆਗਿਆ ਕਰਨ ਵਾਲਾ ਹੈ ਆਪੇ ਭਗਤ ਭੰਡਾਰ ਹੈ ਪਿਆਰਾ ਆਪ ਹੀ ਗੁਰਸਿੱਖਾਂ ਦਾ ਹਿਰਦਾ ਰੂਪ ਭਗਤੀ ਦਾ ਭੰਡਾਰਾ ਵੀ ਮੇਰਾ ਪਿਆਰਾ ਹੈ ਆਪੇ ਦੇਵ ਦਾਨ ਆਪ ਹੀ ਤਤ ਵੇਤਾ ਹੋ ਕੇ ਬ੍ਰਹਮ ਗਿਆਨ ਦਾ ਦਾਨ ਦੇਣ ਵਾਲਾ ਹੈ ਆਪੇ ਸੇਵ ਕਰਾਏ ਦਾ ਪਿਆਰਾ ਆਪ ਹੀ ਮਹਾਰਾਜ ਸਾਹਿਬ ਪਿਆਰਾ ਜਿਨ੍ਹਾਂ ਦੇ ਅੰਦਰ ਭਾਵ ਹੈ ਪ੍ਰੇਮ ਹੈ ਉਹਨਾਂ ਤੋਂ ਟਹਿਰ ਕਰਾਉਂਦਾ ਹੈ ਜੀਆਂ ਦੀ ਕਲਿਆਣ ਕਰਨ ਦੀ ਆਪ ਦੇਵਾਵੇ ਮਾਣ ਆਪ ਹੀ ਉਹਨਾਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਦਾ ਮਾਣ ਦਵਾਉਂਦਾ ਹੈ ਆਪੇ ਤਾੜੀ ਲਾਏ ਦਾ ਪਿਆਰਾ ਆਪ ਹੀ ਤਾੜੀ ਸਮਾਧੀ ਲਾਉਣ ਵਾਲਾ ਹੈ ਮੇਰਾ ਪਿਆਰਾ
ਗੁਣੀ ਨਿਧਾਨ, ਆਪ ਹੀ ਸਾਰਿਆਂ ਗੁਣਾਂ ਦਾ ਖਜ਼ਾਨਾ, ਬ੍ਰਹਮ ਗਿਆਨੀ ਸਤਿਗੁਰੂ ਰੂਪ ਆਪ ਹੈ, ਆਪੇ ਵੱਡਾ ਆਪ ਹੈ ਪਿਆਰਾ, ਆਪੇ ਆਪ ਮੇਰਾ ਪਿਆਰਾ, ਤ੍ਰੇਈ ਕਾਲਵਾਦ ਰੂਪ ਵੱਡੇ ਤੋਂ ਵੱਡਾ ਹੈ, ਆਪੇ ਹੀ ਪ੍ਰਧਾਨ, ਆਪ ਹੀ ਪੰਜਾਂ ਤੱਤਾਂ ਦੇ ਪ੍ਰਧਾਨ ਮੁਖੀ ਰੂਪ ਵੀ ਬ੍ਰਹਮ ਚੇਤਨ ਆਪ ਹੈ, ਆਪੇ ਕੀਮਤ ਪਾਏਦਾ ਪਿਆਰਾ, ਆਪ ਹੀ ਗੁਰੂ ਸਰੂਪ ਹੋ ਕੇ ਆਪਦੇ ਸਰੂਪ ਦੀ ਕੀਮਤ ਨੂੰ ਪਾਉਂਦਾ ਹੈ ਮੇਰਾ ਪਿਆਰਾ, ਆਪੇ ਤੁਲ ਪ੍ਰਵਾਨ, ਆਪ ਹੀ ਸ਼ਾਸਤਰ ਪ੍ਰਮਾਣ ਰੂਪੀ ਵੱਟਾ ਹੈ, ਅਤੇ ਆਪ ਹੀ ਬੁੱਧ ਰੂਪੀ ਤੁਲ ਤਰਾਜੂ ਰੂਪ ਹੈ, ਆਪ ਹੀ ਤੁਲ ਗੁਰੂ ਮਹਾਰਾਜ ਸਾਹਿਬ ਦੇ ਮਹਾਂਵਾਕ ਰੂਪੀ ਵੱਟਾ ਹੈ, ਆਪ ਹੀ ਜੋ ਬੁੱਧ ਪਦਾਰਥਾਂ ਨੂੰ ਮਿੱਥਿਆ ਨਿਸ਼ਚੇ ਨੂੰ ਛੱਡ ਕੇ ਆਤਮ ਵਿਸ਼ੈਣੀ ਬੁੱਧ ਹੈ, ਉਹ ਆਪ ਹੀ ਤੁਲ ਤਰਾਜੂ ਰੂਪ ਹੈ, ਆਪੇ ਅਤੁਲ ਤੁਲਾਏ ਦਾ ਪਿਆਰਾ, ਆਪ ਹੀ ਅਤੁਲ ਹੈ, ਆਪ ਹੀ ਗੁਰਾਂ ਦੁਆਰਾ ਲੱਖਣਾ ਬਿਰਤੀ ਦੁਆਰਾ ਅਤੁਲ ਸਰੂਪ ਨੂੰ ਤੁਲਾਉਣ ਵਾਲਾ ਹੈ, ਜਨ ਨਾਨਕ ਸਤਿਗੁਰਬਾਨ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੈਂਕੜੇ ਵਾਰੀ ਹੈ ਜਨੋ ਉਸ ਵਾਹਿਗੁਰੂ ਤੋਂ ਕੁਰਬਾਨ ਬਲਿਹਾਰ ਜਾਈਏ, ਸੂਰਠ ਮਹੱਲਾ ਚੌਥਾ, ਆਪੇ ਸੇਵਾ ਲਾਏ ਦਾ ਪਿਆਰਾ, ਕਿ ਭਾਈ ਆਪ ਹੀ ਆਪਦੀ ਟਹਿਲ ਵਿੱਚ ਲਾਉਂਦਾ ਹੈ ਮੇਰਾ ਪਿਆਰਾ ਵਾਹਿਗੁਰੂ, ਆਪ ਹੀ ਭਗਤ ਉਮਾ, ਆਪ ਹੀ ਭਗਤੀ ਦਾ ਉਤਸ਼ਾਹ ਪੈਦਾ ਕਰਨ ਵਾਲਾ ਹੈ ਜੀਆਂ ਦੇ ਅੰਦਰ, ਆਪੇ ਗੁਣ ਗਾਵਾ ਦਾ ਪਿਆਰਾ, ਆਪ ਹੀ ਮਹਾਰਾਜ ਸਾਹਿਬ ਗੁਣਾਂ ਦੇ ਤਾਈ ਆਪਦੇ ਗੁਣਾਂ ਨੂੰ ਆਵਾਜ਼ ਨੂੰ ਗਵਾਇਣ ਦਾ ਭਗਤਾਂ ਜਿਨ੍ਹਾਂ ਦੇ ਪਾਸੋਂ ਚਲਾਉਂਦਾ ਹੈ, ਆਪੇ ਸ਼ਬਦ ਸਮਾਹ, ਆਪ ਹੀ ਸ਼ਬਦ ਹੁਕਮ ਦੇ ਵਿੱਚ ਸਮਾਹ ਮਸਤ ਹੋਣ ਵਾਲਾ ਹੈ, ਆਪ ਹੀ ਸ਼ਬਦ ਹੁਕਮ ਸ਼ਬਦ ਸਰੂਪ ਦੇ ਵਿੱਚ ਸ਼ਬਦ ਦੁਆਰਾ ਮਸਤ ਹੋਣ ਵਾਲਾ ਹੈ, ਆਪੇ ਲੇਖਣ ਆਪ ਲਿਖਾਰੀ, ਆਪ ਹੀ ਕਲਮ ਰੂਪ ਹੈ, ਆਪ ਹੀ ਲਿਖਾਰੀ ਰੂਪ ਹੈ, ਆਪੇ ਲੇਖ ਲਿਖਾਹਾ, ਆਪੇ ਲੇਖ ਲਿਖਾਹਾ, ਆਪ ਹੀ ਲੇਖ ਰੂਪ ਹੈ, ਆਪ ਹੀ ਲਿਖਣ ਵਾਲਾ ਹੈ ਲੇਖ ਨੂੰ, ਆਪੇ ਪ੍ਰੇਮ ਰੂਪੀ ਕਲਮ ਹੈ, ਆਪੇ ਲੇਖਣ, ਆਪੇ ਲੇਖਣ ਆਪ ਲਿਖਾਰੀ, ਤੇ ਆਪ ਹੀ ਜਗਿਆਸ ਰੂਪ ਲਿਖਾਰੀ ਹੈ, ਆਪੇ ਲੇਖ ਲਿਖਾ, ਆਪ ਹੀ ਸਤ ਸਤ ਦਾ ਜਿਹੜਾ ਵਿਚਾਰ ਕਰਨਾ ਹੈ ਇਸ ਲਿਖ ਨੂੰ ਰੂਪੀ ਕਾਗਜ਼ ਤੇ ਲਿਖਾਉਂਦਾ ਹੈ, ਮੇਰੇ ਮਨ ਜਪ ਰਾਮ ਨਾਮ ਉਮਾ, ਮੇਰੇ ਪਿਆਰੇ ਮਨ ਪਰਮੇਸ਼ਰ ਦੇ ਨਾਮ ਨੂੰ ਜਪ ਮਹਾ ਉਤਸ਼ਾਹ ਦੇ ਸਹਿਤ, ਅਨੰਦਨ ਅਨੰਦ ਹੋਵੇ ਵੱਡ ਭਾਗੀ, ਇਹ ਵੱਡਿਆਂ ਭਾਗਾਂ ਵਾਲਾ ਰਾਤ ਨੇ ਸਰੂਪ ਦਾ ਅਨੰਤ ਨੂੰ ਪ੍ਰਾਪਤ ਹੋਵੇਗਾ, ਲੈ ਗੁਰਪੂਰ ਹਰ ਲਾਹ, ਪੂਰਨ ਸਤਿਗੁਰਾਂ ਦੁਆਰਾ ਹਰੀ ਦੇ ਨਾਮ ਦਾ ਲਾਹਾ ਪ੍ਰਾਪਤ ਕਰ ਲਹਾਉ, ਆਪੇ ਗੋਪੀ ਕਾਨ ਹੈ ਪਿਆਰਾ, ਆਪ ਹੀ ਦੁਆਪਰ ਚ ਗੋਪੀਆਂ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਕਾਨ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਬਣ ਆਪੇ ਗਊ ਚਰਾਹਾ, ਆਪ ਹੀ ਬਣ ਬਿੰਦਰਾ ਬਣ ਰੂਪ ਹੈ, ਆਪ ਹੀ ਗਊਆਂ ਨੂੰ ਚਾਰਨ ਵਾਲਾ ਹੈ, ਆਪੇ ਸਾਵਲ ਸੁੰਦਰਾ ਪਿਆਰਾ, ਆਪ ਹੀ ਸਾਵਲ ਸੌਲੇ ਰੰਗ ਦਾ ਸ਼ਾਮ ਰੰਗ ਦਾ ਸੁੰਦਰ ਸਰੂਪ ਹੈ ਪਿਆਰਾ, ਆਪੇ ਵੰਸ ਵਜਾ, ਆਪ ਹੀ ਬੰਸਰੀ ਤਾਂ ਹੀ ਵਜਾਉਣ ਵਾਲਾ ਹੈ ਕਾਨ ਰੂਪ ਹੋ ਕੇ, ਕੁਬਲੀਆ ਪੀੜ ਆਪ ਆਪ ਮਰਾਏ ਦਾ ਪਿਆਰਾ, ਕੰਸ ਨੂੰ ਸਾਧ ਸੰਗੇ ਜੀ ਜਿਸ ਕ੍ਰਿਸ਼ਨ, ਕੁਬਲੀਆ ਪੀੜ ਆਪ ਮਰਾਏ ਦਾ ਪਿਆਰਾ, ਜਿਸ ਵੇਲੇ ਸਾਧ ਸੰਗੇ ਜੀ ਉਹ ਹਾਥੀ ਕੰਸ ਦੀ ਆਗਿਆ ਨਾਲ ਮਹਾਵਤ ਨੇ ਜਦੋਂ ਕ੍ਰਿਸ਼ਨ ਭਗਵਾਨ ਜੀ ਮਥੁਰਾ ਵਿੱਚ ਆਏ ਰੰਗ ਮਹਿਲ ਚ ਆ ਰਹੇ ਸੀ, ਉਸ ਵੇਲੇ ਉਹ ਕੁਬਲੀਆ ਕੁਪੇਜ ਪਾਉਣ ਵਾਲਾ ਕੁਬਲੀਆ ਗਿਰ ਜਿਹੜਾ ਹਾਥੀ ਸੀ ਉਹਦਾ ਨਾਂ ਸੀ, ਉਸ ਦੇ ਤਾਈ ਮਹਾਰਤ ਨੂੰ ਛੱਡਤਾ ਕ੍ਰਿਸ਼ਨ ਜੀ ਨੇ ਕਿਹਾ ਵੀ ਹਾਥੀ ਪਾਸੇ ਕਰੋ, ਉਹਨਾਂ ਸੋ ਕੁੰਡੇ ਦੇ ਨਾਲ ਤੇਜ ਕਰ ਦਿੱਤਾ, ਭਗਵਾਨ ਕ੍ਰਿਸ਼ਨ ਜੀ ਦੇ ਸਾਹਮਣੇ ਆਇਆ, ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਕੁਬਲੀਆ ਪੀੜ ਆਪ ਮਰਾਏ ਦਾ ਪਿਆਰਾ, ਉਹ ਕੁਬਲੀਆ ਨਾਵੇਂ ਪੀੜਨ ਵਾਲਾ ਜਿਹੜਾ ਹਾਥੀ ਸੀ ਉਸ ਦੇ ਕ੍ਰਿਸ਼ਨ ਭਗਵਾਨ ਜੀ ਜਦੋਂ ਮਾਰਨ ਲੱਗਾ ਦੰਦ, ਉਸ ਵੇਲੇ ਉਹਦੀ ਕ੍ਰਿਸ਼ਨ ਜੀ ਥੱਲੇ ਗਰਦਨ ਦੇ ਵਿੱਚ ਚਿੰਬੜ ਗਏ, ਗਰਦਨ ਵਿੱਚ ਚਿੰਬੜ ਕੇ ਦੰਦ ਉਹ ਖੇਡ ਲਏ ਉਸਦੇ, ਦੋਵੇਂ ਦੰਦ ਉਹ ਖੇਡ ਕਰਕੇ ਫਿਰ ਉਹਨਾਂ ਦੇ ਨਾਲ ਉਸ ਹਾਥੀ ਦੇ ਤਾਂ ਹੀ ਦੰਦਾਂ ਦੇ ਨਾਲ ਹੀ ਉਹਦੇ ਪੱਟ ਪੱਟ ਕੇ ਹਾਥੀ ਤੋਂ ਬਸੁਰਤ ਕਰਕੇ ਮਾਰਤਾ ਸੀ। ਇਸ ਪ੍ਰਕਾਰ ਕੁਬਲੀਆ ਜਿਹੜਾ ਹਾਥੀ ਗਿਰ ਸੀ
ਉਸ ਨੂੰ ਪੀੜ ਕੇ ਆਪ ਹੀ ਮਰਾਉਣ ਵਾਲਾ ਹੈ। ਬਲਭੱਦਰ ਤੇ ਕ੍ਰਿਸ਼ਨ ਦੋਵੇਂ ਹੀ ਚਿੰਬੜ ਗਏ ਸਨ। ਪਰ ਬਾਲਕ ਰੂਪ ਪਚਾਹਾ, ਉਦੋਂ ਬਾਲਕ ਰੂਪ ਸੀ, ਅਜੇ 12 ਸਾਲ ਦੀ ਉਮਰ ਸੀ ਕ੍ਰਿਸ਼ਨ ਜੀ ਦੀ। ਇਉਂ ਬਾਲਕ ਰੂਪ ਹੋ ਕੇ ਪਚਾਹਾ ਨਾਸ਼ ਕੀਤਾ ਉਹ ਸਾਥੀ ਦੇ, ਤਾਂ ਹੀ ਕੁਬਲੀਆ ਗਿਰ ਪਹਾੜ ਗਿਰਦੀ ਨੀ ਆਈ, ਹਾਥੀ ਨੀ ਆਈ ਸੀ, ਜਿਹੜਾ ਹਾਥੀ ਕੁਬਲੀਆ ਗਿਰ ਜੀ ਦਾ ਨਾਮ ਸੀ। ਆਪ ਅਖਾੜਾ ਪਾਇਦਾ ਪਿਆਰਾ, ਫਿਰ ਪਹਿਲਵਾਨਾਂ ਦਾ ਚੰਡ ਤੇ ਮੁਸ਼ਟ ਤੇ ਚੰਡੂਰ, ਇਹ ਦੋ ਪਹਿਲਵਾਨ ਸਨ। ਇਹ ਵੀ ਪਹਿਲਵਾਨਾਂ ਦੇ ਰਾਹੀਂ ਵੀ ਕ੍ਰਿਸ਼ਨ ਭਗਵਾਨ ਨੂੰ ਮਾਰਨਾ ਚਾਹੁੰਦਾ ਸੀ ਕੰਸ, ਉਸ ਦੀ ਬਾਬਤ ਕਹਿੰਦੇ ਹਨ। ਆਪ ਅਖਾੜਾ ਪਾਇਦਾ ਪਿਆਰਾ, ਆਪ ਹੀ ਮੇਰਾ ਪਿਆਰਾ ਕੰਸ ਨੇ ਪਹਿਲਵਾਨਾਂ ਦਾ ਅਖਾੜਾ ਕੁਸ਼ਤੀ ਵਾਲਾ ਸਥਾਨ ਪਾਉਣਾ ਕੀਤਾ ਸੀ। ਪਰ ਵੇਖੇ ਆਪ ਚੋਜਾ, ਆਪ ਹੀ ਮਹਾਰਾਜ ਸਾਹਿਬ ਚੋਜ ਕੌਂਤਕਾਂ ਨੂੰ ਕਰਕੇ ਵੇਖ ਰਿਹਾ ਹੈ। ਪਰ ਬਾਲਕ ਰੂਪ ਉਪਾਇਦਾ ਪਿਆਰਾ, ਅਜੇ ਬਾਲਕ ਰੂਪ ਵਿੱਚ ਹੀ ਸੀ। ਇਸ ਪ੍ਰਕਾਰ ਮੇਰਾ ਪਿਆਰਾ ਕ੍ਰਿਸ਼ਨ ਜੀ ਨੂੰ ਬਾਲਕ ਰੂਪ ਵਿੱਚ ਪੈਦਾ ਕੀਤਾ। ਚੰਡੂਰ ਕੰਸ ਕੇਸ ਮਾਰਾ, ਚੰਡੂਰ ਦੇ ਤਾਈ ਤਾਂ ਕ੍ਰਿਸ਼ਨ ਭਗਵਾਨ ਜੀ ਨੂੰ ਮਾਰਿਆ ਤੇ ਮੁਸ਼ਟ ਦੇ ਤਾਈ ਬਲਭੱਦਰ ਨੂੰ ਮਾਰਿਆ ਸੀ। ਇਸ ਪ੍ਰਕਾਰ ਫਿਰ ਕੰਸੀ ਕੰਸ ਕੇਸ ਮਾਰਾ, ਕੇਸੀ ਜਿਹੜਾ ਸੀ ਘੋੜਾ ਬਣ ਕੇ ਆਇਆ ਸੀ, ਜਿਸਦੇ ਵਜਰ ਦੇ ਦੰਦ ਸਨ, ਉਹ ਕ੍ਰਿਸ਼ਨ ਭਗਵਾਨ ਨੂੰ ਮੂੰਹ ਪਾਉਣ ਲੱਗਾ। ਕ੍ਰਿਸ਼ਨ ਜੀ ਨੇ ਆਪਦੀ ਬਾਂਹ ਬੱਜਰ ਦੀ ਬਣਾ ਕੇ ਤੇ ਸਾਰੇ ਦੰਦ ਝਾੜ ਦਿੱਤੇ, ਪੂਛਤਾਂ ਨੇ ਉਹਦੇ ਲਿਤ ਦੇ ਰਾਹੀਂ ਪ੍ਰਾਣ ਕੱਢਤੇ ਸੀ। ਇਸ ਪ੍ਰਕਾਰ ਕੇਸੀ ਨੂੰ ਮਾਰਿਆ ਸੀ ਜਿਹੜਾ ਕੰਸ ਸੀ। ਇਸ ਨੇ ਉਸ ਵਕਤ ਕ੍ਰਿਸ਼ਨ ਭਗਵਾਨ ਜੀ ਨੂੰ ਤਲਵਾਰ ਚੱਕੀ ਸੀ। ਜਦੋਂ ਤਲਵਾਰ ਚੱਕੀ ਕ੍ਰਿਸ਼ਨ ਜੀ ਉਹਦੀ ਤਲਵਾਰ ਵਾਹੁਣ ਤੋਂ ਪੈਂਤੜਾ ਮਾਰ ਕੇ ਪਿੱਛੇ ਨੂੰ ਹੋ ਗਏ, ਛੜੱਪਾ ਮਾਰ ਕੇ ਪਿੱਛੇ ਹੋ ਕੇ ਕੰਸ ਦੇ ਮੁਗਟ ਨੂੰ ਮਾਰ ਕੇ ਹੱਥ ਡੇਗ ਦਿੱਤਾ, ਕੇਸਾਂ ਤੋਂ ਪਕੜ ਕੇ ਪਟਕਾ ਕੇ ਮਾਰਿਆ ਸੀ। ਇਉਂ ਕੰਸ ਨੂੰ ਮਾਰਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ। ਆਪੇ ਹੀ ਬਾਲ ਚੰਡੂਰ ਕੰਸ ਕੇਸ ਮਾਰਾ, ਇਉਂ ਚੰਡੂਰ ਜਿਹੜਾ ਪਹਿਲਵਾਨ ਮੁਸ਼ਟ ਦੇ ਚੰਡੂਰ ਸੀ, ਮੁਸ਼ਟ ਨੂੰ ਤਾਂ ਬਲਭੱਦਰ ਨੂੰ ਮਾਰਿਆ ਸੀ ਤੇ ਚੰਡੂਰ ਨੂੰ ਕ੍ਰਿਸ਼ਨ ਜੀ ਨੂੰ ਮਾਰਿਆ ਸੀ। ਪਹਿਲਵਾਨ ਕੁਸ਼ਤੀ ਦੇ ਤਰੀਕੇ ਦੇ ਨਾਲ ਪਕੜ ਕੇ ਮਾਰਨਾ ਚਾਹੁੰਦੇ ਸੀ ਇਹਨਾਂ ਨੂੰ ਅੱਗੇ। ਕੰਸ ਕੇਸ ਮਾਰਾ ਅਤੇ ਕੇਸੀ ਜਿਹੜਾ ਦੈਂਤ ਸੀ ਘੋੜਾ ਬਣ ਕੇ ਆਇਆ, ਉਹਨੂੰ ਵੀ ਮਾਰਿਆ, ਲੇਠਾਣੀ ਪ੍ਰਾਣ ਕੱਢਦੇ ਬੱਜਰ ਦੀ ਬਾਂਹ ਬਣਾ ਕੇ ਦੰਦ ਸਾਰੇ ਝਾੜਦੇ ਸੀ ਉਸ ਦੇ। ਇਸੇ ਪ੍ਰਕਾਰ ਕੰਸ ਦੇ ਤਾਈ ਕੇਸਾਂ ਤੋਂ ਪਕੜ ਕੇ ਪਟਕਾ ਕੇ ਮਾਰਿਆ। ਆਪੇ ਹੀ ਬਲ ਆਪ ਹੈ ਪਿਆਰਾ, ਇਸ ਪ੍ਰਕਾਰ ਬਲ ਆਸਰੀ ਸੰਪਦਾ ਦੇ ਬਲ ਵਾਲੇ ਜਿਹੜੇ ਹੈ ਉਹਨਾਂ ਨੂੰ ਦੈਵੀ ਸੰਤਾਂ ਨੂੰ ਬਲ ਵਾਲਾ ਵੀ ਆਪ ਹੈ ਮੇਰਾ ਪਿਆਰਾ। ਬਲ ਭੰਨੇ ਮੂਰਖ ਮੁਗਧ, ਜਿਹੜੇ ਮੂਰਖ ਹਨਗੇ ਬੇਸਮਝ ਮੁਗਧ, ਸ਼ਾਸਤਰ ਦੀ ਗਿਆਨ ਤੋਂ ਹੀਣੇ, ਪਰਮਾਰਥ ਤੋਂ ਹੀਣੇ, ਉਹਨਾਂ ਦੇ ਬਲ ਨੂੰ ਭੰਨਣ ਵਾਲਾ ਵੀ ਮੇਰਾ ਪਿਆਰਾ ਆਪ ਹੀ ਹੈ। ਸਭ ਆਪੇ ਜਗਤ ਉਪਾਏ ਦਾ ਪਿਆਰਾ, ਇਸ ਪ੍ਰਕਾਰ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮੇਰਾ ਵਾਹਿਗੁਰੂ ਪਿਆਰਾ। ਬਸ ਆਪੇ ਜੁਗਤ ਹਥਾਹ, ਆਪ ਹੀ ਸਾਰਿਆਂ ਦੀ ਜੁਗਤੀ ਜਿਹੜੀ ਹੈ ਆਪਦੇ ਹੱਥ ਵਿੱਚ ਵਸ ਕੀਤੀ ਹੋਈ ਹੈ। ਗੱਲ ਜੇਵੜੀ ਆਪੇ ਪਾਏ ਦਾ ਪਿਆਰਾ, ਇਹ ਮੋਹ ਰੂਪੀ ਜੇਵੜੀ, ਮਮਤਾ ਰੂਪੀ ਜੇਵੜੀ, ਜਮਦੀ ਫਾਹੀ ਰੂਪ ਰੱਸੀ ਵੀ ਆਪ ਹੀ ਪਾਉਣ ਵਾਲਾ ਮੇਰਾ ਪਿਆਰਾ। ਜਿਉਂ ਪ੍ਰਭ ਖਿੱਚੈ ਤਿਉਂ ਜਾਹ, ਜਿਵੇਂ ਮਹਾਰਾਜ ਖਿੱਚਦੇ ਉਸੇ ਪ੍ਰਕਾਰ ਜੀਵ ਜਾਣਾ ਕਰਦੇ ਹਨ। ਗਰਭ ਹੈ ਸੋ ਪਚ ਸੀ ਪਿਆਰੇ, ਇਹ ਪਿਆਰੇ ਇੰਦਰ ਜਾਣ, ਜਿਹੜਾ ਹੰਕਾਰ ਕਰੇਗਾ ਸੜ ਜਾਏਗਾ, ਨਾਸ ਹੋ ਜਾਏਗਾ। ਜਪ ਨਾਨਕ ਭਗਤ ਸਮਾਹ, ਇਸ ਕਰਕੇ ਮਹਾਰਾਜ ਦਾ ਨਾਮ ਜਪੋ, ਭਗਤੀ ਦੇ ਵਿੱਚ ਸਮਾਹ ਆਨੰਦ ਪ੍ਰਾਪਤ ਹੋਵੇਗਾ। ਇੰਨੇ ਸ਼ਬਦ ਆਪੇ ਸੇਵਾ ਲਾਇਦਾ ਪਿਆਰਾ, ਆਪ ਹੀ ਗੁਰੂ ਸਾਹਿਬ ਦੀ ਸੇਵਾ ਚ ਮੇਰਾ ਪਿਆਰਾ ਅਕਾਲ ਪੁਰਖ ਸਿੱਖਾਂ ਦੇ ਜਗਿਆਸੂਆਂ ਦੇ ਤਾਂ ਹੀ ਲਾਉਂਦਾ ਹੈ। ਆਪੇ ਭਗਤ ਉਮਾਹ, ਆਪ ਹੀ ਪ੍ਰੇਮਾ ਭਗਤੀ ਦਾ ਉਤਸ਼ਾਹ ਬਖਸ਼ਦਾ ਹੈ। ਆਪੇ ਗੁਣ ਗਾਵਾਇਦਾ ਪਿਆਰਾ, ਆਪ ਹੀ ਸੱਚੇ ਪਾਤਸ਼ਾਹ ਉਪਦੇਸ਼ ਦੇ ਕੇ ਸਿੱਖ ਦੇ ਪਾਸੋਂ ਗੁਣਾਨੁਵਾਦ ਚੜਾਉਂਦਾ ਹੈ, ਗਵਾਉਂਦਾ ਹੈ ਮੇਰਾ ਪਿਆਰਾ ਵਾਹਿਗੁਰੂ। ਆਪੇ ਸ਼ਬਦ ਸਮਾਹ, ਆਪ ਹੀ ਗੁਰਾਂ ਦੇ ਉਪਦੇਸ਼ ਵਿੱਚ ਸਿੱਖ ਦਾ ਮਨ ਸਮਾਹ ਮਸਤ ਹੋ ਜਾਂਦਾ, ਆਨੰਦ ਹੋ ਜਾਂਦਾ ਹੈ, ਸਮਾੜਾ ਆਨੰਦ ਪ੍ਰਾਪਤ ਹੁੰਦਾ ਹੈ। ਆਪੇ ਲਿਖਣ ਆਪ ਲਿਖਾਰੀ, ਆਪ ਹੀ ਪ੍ਰੇਮ ਰੂਪੀ ਕਲਮ ਹੈ ਤੇ ਆਪ ਹੀ ਚਿੱਤ ਰੂਪੀ ਲਿਖਾਰੀ ਹੈ। ਆਪੇ ਲੇਖ ਲਿਖਾ, ਆਪ ਹੀ ਸਤ ਸਤ ਦਾ ਜਿਹੜਾ ਵਿਚਾਰ ਕਰਨਾ ਹੈ
ਇਹ ਲੇਖ ਨੂੰ ਲਿਖਾਉਣ ਵਾਲਾ ਹੈ। ਮੇਰੇ ਮਨ ਜਪ ਰਾਮ ਨਾਮ ਓਮ ਹੈ, ਮੇਰੇ ਪਿਆਰੇ ਮਨ ਰਾਮ ਦੇ ਨਾਮ ਨੂੰ ਜਪ ਉਰਸ਼ਾ ਦੇ ਨਾਲ ਆਨੰਦਨ ਆਨੰਦ ਹੋਵੇ ਵੱਡ ਭਾਗ ਵੱਡਿਆਂ ਭਾਗਾਂ ਵਾਲਿਆ। ਜੇ ਤੇਰੇ ਅੰਦਰੋਂ ਵਡਿਆਈ ਦੀ ਇੱਛਾ ਭੱਜ ਗਈ ਹੈ, ਨਿਸਕਾਮੀ ਹੋ ਗਏ ਹੈ, ਤਾਂ ਰਾਤ ਦਿਨ ਤੈਨੂੰ ਆਨੰਦ ਸਰੂਪ ਦੀ ਸਿੱਖਿਆਤਾ ਹੋਵੇਗੀ। ਇਹ ਪੂਰਨ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦਾ ਹਰੀ ਦਾ ਲਾਹਾ ਲੈ ਲਾ, ਪ੍ਰਾਪਤ ਕਰ ਲਾਓ। ਆਪੇ ਗੋਪੀ ਕਾਨ ਹੈ ਪਿਆਰਾ, ਆਪ ਹੀ ਇੰਦਰੀਆਂ ਰੂਪੀ ਗੋਪੀਆਂ ਰੂਪ ਹੈ, ਆਪ ਹੀ ਕੈ ਸੁਖ ਰੂਪਾਂ ਜਿਸ ਦੀ ਚੇਸ਼ਟਾ ਹੈ, ਉਹ ਸਾਖੀ ਚੇਤਨ ਰੂਪ ਕਾਨ ਹੈ ਮੇਰਾ ਪਿਆਰਾ। ਆਪੇ ਗਊ ਚਰਾ, ਆਪ ਹੀ ਸੰਸਾਰ ਰੂਪੀ ਬਣ ਹੈ, ਆਪ ਹੀ ਇੰਦਰੀਆਂ ਰੂਪੀ ਗਾਈਆਂ ਨੂੰ ਦੁਨੀਆਂ ਦੇ ਪਦਾਰਥਾਂ ਰੂਪੀ ਆਪਣੇ ਘਾਹ ਦੇ ਤਾਂ ਚੁਗਾਉਣ ਵਾਲਾ ਹੈ। ਇਸੇ ਪ੍ਰਕਾਰ ਆਪੇ ਗੋਪੀ ਕਾਨ ਹੈ ਪਿਆਰਾ, ਆਪ ਹੀ ਗੋਪੀ ਇੰਦਰੀਆਂ ਬਿਰਤੀਆਂ ਰੂਪ ਗੋਪੀਆਂ ਹੈ, ਆਪ ਹੀ ਬਿਰਤੀਆਂ ਨੂੰ ਚੇਸ਼ਟਾ ਕਰਾਉਣ ਵਾਲਾ ਕਾਨ, ਸੁਖ ਰੂਪ ਜਿਸ ਦੀ ਚੇਸ਼ਟਾ ਹੈ, ਸਾਖੀ ਚੇਤਨ ਰੂਪ ਹੈ ਪਿਆਰਾ। ਮਨ ਆਪੇ ਗਊ ਚਰਾ, ਆਪ ਹੀ ਸਾਧ ਸੰਗਤ ਰੂਪੀ ਬਗੀਚਾ ਹੈ, ਆਪ ਹੀ ਬਿਰਤੀ ਰੂਪ ਗਊਆਂ ਦੇ ਤਾਈ ਸ਼ੁਭ ਗੁਣਾ ਰੂਪੀ ਘਾਸ ਨੂੰ ਚੁਗਾਉਣ ਵਾਲਾ ਹੈ। ਆਪੇ ਸਾਵਲ ਸੁੰਦਰਾ ਪਿਆਰਾ, ਆਪ ਹੀ ਸਾਵਲਾ ਮਾਇਆ ਸਬਲ ਸਰੂਪ ਹੈ, ਆਪ ਹੀ ਸੁੰਦਰਾ ਸੱਚੇ ਦਾ ਆਨੰਦ ਸਰੂਪ ਹੈ। ਆਪੇ ਵੰਸ਼ ਬਜਾ, ਆਪ ਹੀ ਚੇਤਨ ਸੱਤਾ ਰੂਪੀ ਬੰਸਰੀ ਨੂੰ ਬਜਾ ਰਿਹਾ, ਸਾਰਿਆਂ ਦੇ ਹਿਰਦਿਆਂ ਚ ਬੈਠਾ ਹੋਇਆ। ਕੁਬਲੀਆ ਪੀੜ ਆਪ ਮਰਾਇੰਦਾ ਪਿਆਰਾ, ਖੋਟੇ ਪੇਚ ਵਾਲਾ ਬਲ ਪਾਉਣ ਵਾਲਾ ਜੋ ਅਗਿਆਨ ਹੈ, ਜਿਹੜਾ ਅਨੇਕ ਪ੍ਰਕਾਰ ਦੇ ਅਸਤ ਜੜ ਦੁੱਖ ਰੂਪ ਸੁਭਾਅ ਜਿਹੜੇ ਪੇਚ ਪਾਉਣ ਵਾਲਾ ਹੈ, ਇਹ ਅਗਿਆਨ ਰੂਪੀ ਹਾਥੀ, ਇਹ ਸਾਰੀ ਦੁਨੀਆਂ ਨੂੰ ਪੀੜਨ ਵਾਲਾ, ਇਹਨੂੰ ਮਰਾਉਣ ਵਾਲਾ ਆਪ ਹੀ ਹੈ। ਬ੍ਰਹਮ ਬੇਟਿਆਂ ਦੀ ਬਿਰਤੀ ਰੂੜ ਹੋ ਕੇ ਚੇਤਨ ਕਰ ਬਾਲਕ ਰੂਪ ਪਚਾਹ, ਅਤੇ ਕਰ ਬਾਲਕ ਰੂਪ ਪਚਾਹ, ਕੱਕਾ ਚੋਂ ਕਰਤਾ ਲੈਣਾ, ਬਰਮਾ ਜੀ ਦੇ ਵਾਲ ਰੋਮ ਰੋਮ ਵਿੱਚ ਹੈ, ਐਸਾ ਉਹ ਸਰੂਪ ਹੈ ਵਿਆਪਕ, ਜਿਹਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਮੇ ਆਦਿਕ ਪੈਦਾ ਕੀਤੇ ਹੈ, ਉਹ ਐਸਾ ਬਾਲਕ ਵਿਆਪਕ ਰੂਪ ਵੱਡਾ ਬਲੀ ਰੂਪ ਹੈ, ਉਹ ਸਿੱਖ ਦੇ ਹਿਰਦੇ ਚ ਗਿਆਨ ਪੈਦਾ ਕਰਕੇ ਅਗਿਆਨ ਨੂੰ ਪਚਾਹਾ ਨਾਸ਼ ਕਰ ਦਿੰਦਾ ਹੈ। ਆਪ ਅਖਾੜਾ ਪਾਇਦਾ ਪਿਆਰਾ, ਆਪ ਹੀ ਮਹਾਰਾਜ ਸਾਹਿਬ ਜੀ ਦੇਵੀ ਸੰਪਦਾ ਤੇ ਆਸਰੀ ਸੰਪਦਾ ਦਾ ਜਿਹੜਾ ਮੁਕਾਬਲਾ ਕਰਨਾ ਹੈ, ਇਹ ਅਖਾੜਾ ਪਹਿਲਵਾਨਾਂ ਦੀ ਕੁਸ਼ਤੀ ਦਾ ਥਾਂ ਅੰਤਾ ਕਰਨ ਜਿਹੜਾ ਹੈ, ਸਿੱਖਾਂ ਦੇ ਹਿਰਦੇ ਚ ਆਪ ਹੀ ਪੈਦਾ ਕਰਦਾ ਹੈ। ਕਰ ਵੇਖੇ ਆਪ ਚੋਜਾ, ਇਹ ਚੋਜ ਕਰਕੇ ਸੁਭ ਅਸੁਭ ਸੁਭਾਵ ਦਾ ਮੁਕਾਬਲਾ ਕਰਕੇ, ਇਹ ਪਹਿਲਵਾਨਾਂ ਦੀ ਕੁਸ਼ਤੀ ਕਰਾ ਕੇ ਆਪ ਹੀ ਮੇਰਾ ਵਾਹਿਗੁਰੂ ਇਹ ਚੋਜ ਕੌਂਦਕਾਂ ਨੂੰ ਕਰਕੇ ਵੇਖਦਾ ਹੈ। ਕਰ ਬਾਲਕ ਰੂਪ ਉਪਾਇੰਦਾ ਪਿਆਰਾ, ਬਾਲਕ ਜਿਹਦੇ ਰੋਮ ਰੋਮ ਵਿੱਚ ਕਰਤੇ ਬ੍ਰਹਮਾ ਹੈ, ਉਹ ਉਸ ਗਿਆਨ ਰੂਪੀ ਬਲੀ ਬਾਲਕ ਰੂਪ ਨੂੰ ਆਪ ਹੀ ਪੈਦਾ ਕਰਦਾ ਹੈ, ਪਰ ਉਹ ਗਿਆਨ ਰੂਪ ਨੂੰ ਮੇਰਾ ਪਿਆਰਾ। ਚੰਡੂਰ ਕੰਸ ਕੇਸ ਮਾਰਾ, ਚੰਡੂਰ ਸਾਧ ਸੰਗਤ ਜੀ ਜਿਹੜਾ ਅਹੰਕਾਰ ਹੈ, ਚੰਡੂਰ ਕ੍ਰੋਧ ਰੂਪੀ ਚੰਡੂਰ ਦੇ ਤਾਈ ਨਾਸ ਕਰਨ ਵਾਲਾ ਹੈ, ਅਤੇ ਕੰਸ ਕੇਸੀ ਦੀ ਨਾਈ, ਕੰਸ ਜਿਹੜਾ ਕਾਮ ਦਾ ਫੁਰਨਾ ਹੈ ਇਹਨੂੰ ਨਾਸ ਕਰਨ ਵਾਲਾ ਹੈ, ਕੇਸੀ ਦੈਨ ਦੀ ਨਾਈ ਜਿਹੜਾ ਕਪਟ ਹੈ ਇਸ ਨੂੰ ਮਾਰਨ ਵਾਲਾ ਨਾਸ ਕਰਨ ਵਾਲਾ ਸਿੱਖ ਦੇ ਹਿਰਦੇ ਚੋਂ। ਆਪੇ ਹੀ ਬਲ ਆਪ ਹੈ ਪਿਆਰਾ, ਆਪ ਹੀ ਮਹਾਰਾਜ ਸਾਹਿਬ ਵਿਵੇਕ ਰੂਪੀ ਬਲ ਹੈ, ਤੇ ਆਪੇ ਆਪ ਪਿਆਰਾ ਉਹ ਬਲ ਵਾਲਾ ਤੱਤ ਵੇਤਾ ਹੈ। ਬਲ ਭੰਨੈ ਮੂਰਖ ਮੁਗਧਾ, ਆਸਰੀ ਸੰਪਦਾ ਦਾ ਮੂਰਖ ਜਿਹੜੇ ਹਨ ਸਤ ਸ਼ਾਸਤਰ ਦੀ ਗਿਆਨ ਤੋਂ ਰਹਿਤ, ਅਤੇ ਮੁਗਧ ਜਿਹੜੇ ਹਨ ਪਰਮਾਰਥ ਤੋਂ ਹੀਣੇ, ਉਹਨਾਂ ਦੇ ਆਸਰੀ ਸੰਪਦਾ ਦੇ ਬਲ ਨੂੰ ਨਾਸ਼ ਆਪ ਹੀ ਕਰਨ ਵਾਲਾ ਹੈ। ਸਭ ਆਪੇ ਜਗਤ ਉਪਾਏ ਦਾ ਪਿਆਰਾ, ਮੇਰਾ ਪਿਆਰਾ ਹੀ ਸਾਰੇ ਸੰਸਾਰ ਨੂੰ ਆਪ ਹੀ ਪੈਦਾ ਕਰ ਰਿਹਾ ਹੈ। ਬਸ ਆਪੇ ਜੁਗਤ ਹਥਾ, ਸਾਰਿਆਂ ਦੀ ਰੋਜੀ ਦੀ ਪਾਲਣ ਪੋਸਣ ਦੀ ਆਪਣੇ ਹੱਥ ਅਧੀਨ ਕੀਤੀ ਹੋਈ ਹੈ, ਜੁਗਤੀ ਜਿਹੜੀ ਪਾਲਣ ਦੀ ਸਾਰਿਆਂ ਨੂੰ ਰੱਖਣ ਦੀ ਉਸ ਪਰਮੇਸ਼ਵਰ ਨੇ। ਗੱਲ ਜੀਵੜੀ ਆਪੇ ਪਾਇਦਾ ਪਿਆਰਾ, ਜਿਹੜੇ ਜੀਵ ਮੋਹ ਕਰਦੇ ਹਨ ਉਹਨਾਂ ਦੇ ਗੱਲ ਵਿੱਚ ਜਮਾ ਦੀ ਜੀਵੜੀ ਰੱਸੀ, ਤੇ ਜਿਹੜੇ ਪ੍ਰੇਮੀ ਉਹਨਾਂ ਦੇ ਪ੍ਰੇਮ ਦੀ ਰੱਸੀ ਆਪ ਹੀ ਪਾਉਣ ਵਾਲਾ ਹੈ ਮੇਰਾ ਪਿਆਰਾ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰਾ ਨਾਂ, ਗਲੇ ਹਮਾਰੀ ਜੇਵਰੀ ਜੈ ਭੇਜਿਆ ਤਹ ਜਾਓ।
ਜਿਉਂ ਪ੍ਰਭ ਖਿੱਚਿਆ ਤਿਉਂ ਜਾ, ਜਿਵੇਂ ਮਹਾਰਾਜ ਸਾਹਿਬ ਖਿੱਚ ਪਾਉਂਦੇ ਆ ਪ੍ਰੇਮ ਦੀ, ਉਸ ਪ੍ਰਕਾਰ ਪ੍ਰੇਮੀ ਜਿਹੜੇ ਵਿਚਰਦੇ ਹੁੰਦੇ ਆ ਮਾਨ ਤੋਂ ਰਹਿਤ ਹੋ ਕੇ ਪਰਾ ਰਬ ਦੇ ਅਨੁਸਾਰ ਕਿਰਿਆ ਕਰਦੇ ਹਨ। ਗਰਬ ਹੈ ਸੋ ਪਚ ਸੀ ਪਿਆਰੇ, ਜਿਹੜਾ ਭਾਈ ਹੰਕਾਰ ਕਰੇਗਾ ਉਹ ਪਚ ਸੀ, ਪਿਛਲੇ ਪਚ ਗਏ ਸੀ, ਨਾਸ ਹੋ ਗਏ ਸੀ, ਹਰਨਾਕਸ਼ ਆਦਿਕ ਰਾਵਣ ਆਦਿਕ ਕੰਸ ਆਦਿਕ। ਹੁਣ ਵੀ ਜਿਹੜਾ ਹੰਕਾਰ ਕਰੇਗਾ ਪਚ ਜਾਏਗਾ, ਨਾਸ ਹੋ ਜਾਏਗਾ। ਜਪ ਨਾਨਕ ਭਗਤ ਸਮਾਹ, ਇਸ ਕਰਕੇ ਭਾਈ ਭਗਤੀ ਕਰਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ, ਫਿਰ ਸਮਾੜਾ ਆਨੰਦ ਪ੍ਰਾਪਤ ਹੋਵੇਗਾ। ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਚ ਸਮਾਵਾਂਗੇ। ਇਹ ਛੇ ਸ਼ਬਦ ਇੰਦਰ ਆਏ ਦੇਵਤਿਆਂ ਸਮੇਤ ਗੁਰੂ ਰਾਮਦਾਸ ਜੀ ਕਾਰ ਕਰਾ ਰਹੇ ਸੀ 1627 ਬਿਕਰਮੀ ਦੀ ਵਿਸਾਖੀ ਨੂੰ, ਜਦੋਂ ਕਾਮ ਸਾਧ ਸਿੰਘ ਜੀ ਹੰਸ ਹੋਏ ਸੀ ਨਹਾ ਕੇ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ। ਉਸ ਵੇਲੇ ਮਹਾਰਾਜ ਦੀ ਸ਼ਰਨ ਆਇਆ ਹੈ, ਇਹਨੂੰ ਉਪਦੇਸ਼ ਮਹਾਰਾਜ ਗੁਰੂ ਰਾਮਦਾਸ ਜੀ ਨੇ ਬਖਸ਼ਿਆ ਹੈ।